ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਦੋਸਤੋ ਅੱਜ ਅਸੀਂ ਪੀਐਸਟੀਸੀਲ ਦੇ ਲਈ ਜੀਕੇ ਦੀ ਇੱਕ ਸੀਰੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਵਿੱਚ 20 ਨੰਬਰ ਦੀ ਜੀਕੇ ਆਉਗੀ ਤੁਹਾਨੂੰ ਸੋਚ ਨਾਲ ਸੰਦੇ ਸੀਡੀ ਸ਼ੁਰੂ ਕਰਨ ਜਾ ਰਹੇ ਹਾਂ ਜੀ ਸੋ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਸਾਡਾ ਫਰਸਟ ਕੁਐਸਚਨ ਹੈ ਜੀ ਪਹਿਲੀ ਸਿੱਖ ਔਰਤ ਕਮਾਂਡਰ ਦੀ ਪਦਵੀ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ कि पहली औरत जी जो कमांडर बनी सी इसका सही आंसर है जी ऑप्शन नंबर ए बीबी बी माई भागो ठीक है जी ये पहली सिख औरत कमांडर की पदवी मिली सी जी ये नीचे इन्होंने बारे जी कुछ होर डिटेल नैक्सट क्वेश्चन है साड़ा जी ਫੁਲਕੀਆ ਮਿਸਲ ਦਾ ਰਾਜ ਕਿੱਥੇ ਕਿੱਥੇ ਸੀ ਤਾਂ অপਸ਼ਨ ਇਹ ਸਾਡੇ ਕੋਲ ਪਟਿਆਲਾ ਨਾਭਾ ਪਟਿਆਲਾ ਨਾਭਾ ਜੀਂਦ ਜਾਂ ਕੋਈ ਨਹੀਂ ਤਾਂ ਇਹਦਾ ਕੀ ਆਨਸਰ ਹੈ ਜੀ অপਸ਼ਨ ਨੰਬਰ ਸੀ ਪਟਿਆਲਾ ਨਾਭਾ ਤੇ ਜੀਂਦ ਠੀਕ ਹੈ ਜੀ ਫੁਲਕੀਆ ਮਿਸਲ ਦਾ ਸਿਰਾਜ ਸੀ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਇਹਨਾਂ ਵਿੱਚੋਂ ਕਿਹੜਾ ਗਲਤ ਹੈ ਪਹਿਲੇ ਇਹ ਨਕਈ ਮਿਸਲ ਜੋ ਕਿ ਸਰਦਾਰ ਹੀਰਾ ਸਿੰਘ ਜੀ ਦੁਆਰਾ ਬਣਾਈ ਗਈ ਸੀ ਪਨਈਆ ਮਿਸਲ ਜੈ ਸਿੰਘ ਦੁਆਰਾ ਫੁਰਕੀਆ ਮਿਸਲ ਸਰਦਾਰ ਹਰੀ ਸਿੰਘ ਦੁਆਰਾ ਜਾਂ ਸਾਰੇ ਗਲਤ ਨੇ ਤਾਂ ਇਹਦਾ ਸਹੀ ਅਨਸਰ ਹੈ ਜੋ ਆਪਸ਼ਨ ਨੰਬਰ ਡੀ ਇਹ ਸਾਰੇ ਹੀ ਗਲਤ ਨੇ ਜੀ ਨੈਕਸਟ ਕੁਐਸਚਨ ਹੈ ਜੀ ਹਾਕੀ ਦੀ ਨਰਸਰੀ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ਤਾਂ ਇਹਦਾ ਕੀ ਆਨਸਰ ਹੈ ਆਪਸ਼ਨ ਨੰਬਰ ਬੀ ਸੰਸਾਰਪੁਰ ਠੀਕ ਹੈ ਜੀ ਜੋ ਹਾਕੀ ਦੀ ਨਰਸਰੀ ਹੈ ਉਹ ਸੰਸਾਰਪੁਰ ਨੂੰ ਕਿਹਾ ਜਾਂਦਾ ਜੀ ਇੱਥੇ ਹੀ ਸਭ ਤੋਂ ਜ਼ਿਆਦਾ ਹਾਕੀ ਖੇਡੀ ਜਾਂਦੀ ਹੈ ਜੀ ਜੋ ਕਿ ਜ਼ਿਆਦਾ ਵਧੀਆ ਖਿਡਾਰੀ ਇੱਥੇ ਬਣਦੇ ਨੇ ਜੀ ਨੈਕਸਟ ਕੁਐਸਚਨ ਹੈ ਜੀ ਪਹਿਲੀ ਰੇਲਵੇ ਲਾਈਨ ਪੰਜਾਬ ਦੀ ਕਿੱਥੋਂ ਤੋਂ ਕਿੱਥੋਂ ਤੱਕ ਚੱਲੀ ਸੀ ਇਹ ਦੱਸ ਸਹੀਨ ਸ੍ਰੀ ਕੀ ਹੈ ਇਹ ਆਪਸ਼ਨ ਨੰਬਰ ਏ ਅੰਮ੍ਰਿਤਸਰ ਤੋਂ ਮੁਲਤਾਨ ਠੀਕ ਹੈ ਜੀ ਜੋ ਪੰਜਾਬ ਚ ਪਹਿਲੀ ਰੇਲਵੇ ਲਾਈਨ ਬਣੀ ਸੀ ਉਹ ਅੰਮ੍ਰਿਤਸਰ ਤੋਂ ਮੁਲਤਾਨ ਦੀ ਬਣੀ ਸੀ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹੜਾ ਸਲੋਗਨ ਦਿੱਤਾ ਤਹੇ ਦੱਸ ਸਹੀ ਅਨਸਰ ਕੀ ਹੈ ਆਪਸ਼ਨ ਨੰਬਰ 2 ਦੇਗ ਤੇਗ ਫਤੇ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਸਿਫਤੀ ਦਾ ਘਰ ਕਿਸ ਸਿਟੀ ਨੂੰ ਕਿਹਾ ਜਾਂਦਾ ਹੈ ਤਹੇ ਦੱਸ ਸਹੀ ਅਨਸਰ ਕੀ ਹੈ ਆਪਸ਼ਨ ਨੰਬਰ ਏ ਅੰਮ੍ਰਿਤਸਰ ਠੀਕ ਹੈ ਜੀ ਅਮਰਸਰ ਨੂੰ ਸ਼ਿਫਤੀ ਦਾ ਘਰ ਜਾਂ ਸਿਟੀ ਕਿਹਾ ਜਾਂਦਾ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਪੰਜਾਬ ਪੁਲਿਸ ਕਦੋਂ ਹੋਂਦ ਵਿੱਚ ਆਇਆ ਸੀ ਕਦੋਂ ਬਣਾਈ ਗਈ ਸੀ ਪੰਜਾਬ ਪੁਲਿਸ ਤਾਂ ਇਹਦਾ ਸਹੀ ਆਨਸਰ ਕੀ ਹੈ ਆਪਸ਼ਨ ਨੰਬਰ ਬੀ 1861 ਨੈਕਸਟ ਕੁਐਸਚਨ ਹੈ ਕਿਲਾ ਰਾਏਪੁਰ ਦੀਆਂ ਖੇਡਾਂ ਕਿਸ ਜ਼ਿਲ੍ਹੇ ਵਿੱਚ ਹੁੰਦੀਆਂ ਹਨ ਤੇ ਦੱਸਿਓ ਸਹੀ ਅਨਸਰ ਕਿਹਜਾ ਹੈ অপਸ਼ਨ ਨੰਬਰ ਏ ਲੁਧਿਆਣਾ ਠੀਕ ਹੈ ਜੀ ਲੁਧਿਆਣੇ ਦੇ ਵਿੱਚ ਹੁੰਦੀਆਂ ਨੇ ਜੀ ਕਿਲਾ ਰਾਏਪੁਰ ਦੀਆਂ ਖੇਡਾਂ ਤੇ ਇੱਥੇ ਹੋਰ ਕੀ ਕੀ ਹੁੰਦਾ ਹੈ ਜੀ ਛਪਾਰ ਦਾ ਮੇਲਾ ਵੀ ਲੱਗਦਾ ਜੀ ਜਰਗ ਦਾ ਮੇਲਾ ਵੀ ਤੇ ਰੌਸ਼ਨੀ ਦਾ ਮੇਲਾ ਠੀਕ ਹੈ ਜੀ ਇਹ ਸਾਰੇ ਮੇਲੇ ਇੰਪੋਰਟੈਂਟ ਨੇ ਜੀ ਜੋ ਕਿ ਲੁਧਿਆਣੇ ਦੇ ਵਿੱਚ ਹੀ ਲੱਗਦੇ ਨੇ ਜੀ ਨੈਕਸਟ ਕੁਐਸਚਨ ਹੈ ਜੀ ਗਦਰੀ ਬਾਬਿਆਂ ਦਾ ਮੇਲਾ ਕਿਸ ਸਥਾਨ ਤੇ ਲੱਗਦਾ ਹੈ ਜੀ ਤਾਂ ਇਹਦਾ ਸਹੀ ਅਨਸਰ ਕੀ ਹੋ ਜੂਗਾ ਜੀ অপਸ਼ਨ ਨੰਬਰ ਬੀ ਜਲੰਧਰ ਠੀਕ ਹੈ ਜੀ ਇਹ ਰਹਿ ਰਹੀ ਜਲੰਧਰ ਦੇ ਵਿੱਚ ਲੱਗਦਾ ਹੈ ਜੀ ਗਦਰੀ ਬਾਬਿਆਂ ਦਾ ਮੇਲਾ ਨੈਕਸਟ ਕੁਐਸਚਨ ਹੈ ਜੀ ਰਿਗਵੇਦ ਵਿੱਚ ਕਿਸ ਨਦੀ ਦਾ ਜ਼ਿਕਰ ਸਭ ਤੋਂ ਵੱਧ ਵਾਰ ਹੋਇਆ ਹੈ ਤਾਂ ਇਹਦਾ ਕੀ ਅਨਸਰ ਆ ਜੂਗਾ ਜੀ অপਸ਼ਨ ਨੰਬਰ ਏ ਸਿੰਧੂ ਠੀਕ ਹੈ ਜੀ ਸਿੰਧੂ ਨਦੀ ਦਾ ਜ਼ਿਕਰ ਰਿਗਵੇਦ ਦੇ ਵਿੱਚ ਸਭ ਤੋਂ ਵੱਧ ਵਾਰ ਹੋਇਆ ਹੈ ਜੀ ਰਿਗਵੇਦ ਚਾਰ ਵੇਦਾਂ ਵਿੱਚ ਇੱਕ ਹੈ ਜੀ ਜੋ ਕਿ ਸਭ ਤੋਂ ਮੁੱਖ ਵੇਦ ਹੈ ਜੀ ਨੈਕਸਟ ਕੁਐਸਚਨ ਹੈ ਜੀ ਕਿਸ ਖੇਤਰ ਦੇ ਵਿੱਚ ਮਹਾਰਾਜਾ ਜਿੰਗ ਅਵਾਰਡ ਦਿੱਤਾ ਜਾਂਦਾ ਹੈ ਅਸੀਂ ਦੱਸ ਨਹੀਂ ਕਿਹੜਾ ਖੇਤਰ ਹੈ ਜਿਸ ਦੇ ਵਿੱਚ ਮਹਾਰਾਜਾ ਜੈ ਸਿੰਘ ਬਾੜ ਦਿੱਤਾ ਜਾਂਦੇ ਜੀ ਤਾਂ ਇਹਦਾ ਸਹੀ ਅਨਸਰ ਕੀ ਆਜੂਗਾ ਜੀ অপਸ਼ਨ ਨੰਬਰ ਸੀ ਖੇਡਾਂ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਮਾਂਚੈਸਟਰ ਆਫ ਪੰਜਾਬ ਕਿਸ ਸਿਟੀ ਨੂੰ ਕਿਹਾ ਜਾਂਦਾ ਹੈ ਪੰਜਾਬ ਦੀ ਮਾਂਚੈਸਟਰ ਸਿਟੀ ਕਿਸ ਨੂੰ ਕਿਹਾ ਜਾਂਦੇ ਜੀ অপਸ਼ਨ ਨੰਬਰ ਬੀ ਲੁਧਿਆਣਾ ਠੀਕ ਹੈ ਜੀ ਲੁਧਿਆਣੇ ਦੇ ਵਿੱਚ ਹੀ ਸਭ ਤੋਂ ਵੱਧ ਜਨਸੰਖਿਆ ਹੀ ਤੇ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਏਰੀਆ ਜੀ ਪੰਜਾਬ ਦਾ ਸਭ ਤੋਂ ਵੱਡਾ ਏਰੀਆ ਲੁਧਿਆਣਾ ਹੈ ਜੀ ਨੈਕਸਟ ਕੁਐਸਚਨ ਹੈ ਜੀ ਸਿਟੀ ਆਫ ਸਟੀਲ ਜਾਂ ਸਟੀਲ ਸਿਟੀ ਆਫ ਪੰਜਾਬ ਕਿ ਸਿਟੀ ਨੂੰ ਕਿਹਾ ਜਾਂਦੇ ਜੀ ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਏ ਮੰਡੀ ਗੋਬਿੰਦਗੜ ਮੰਡੀ ਗੋਬਿੰਦਗੜ ਨੂੰ ਸਟੀਲ ਸਿਟੀ ਆਫ ਪੰਜਾਬ ਕਿਹਾ ਜਾਂਦਾ ਜੀ ਸਟੀਲ ਦਾ ਸਭ ਤੋਂ ਵੱਧ ਜੋ ਵੀ ਉਪਕਰਣ ਬਣਦੇ ਨੇ ਜੀ ਉਹ ਇੱਥੇ ਹੀ ਬਣਾਏ ਜਾਂਦੇ ਨੇ ਜੀ ਸਭ ਤੋਂ ਜ਼ਿਆਦਾ ਤਾਂ ਮੰਡੀ ਗੋਬਿੰਦਗੜ ਕੀ ਹੈ ਜੀ ਸਟੀਲ ਸਿਟੀ ਆਫ ਪੰਜਾਬ ਠੀਕ ਹੈ ਜੀ ਅਸੀ ਸਾਡੇ ਅੱਜ ਦੇ ਕੁਝ ਇੰਪੋਰਟੈਂਟ ਕੁਐਸਚਨ ਨੇ ਜੋ ਕਿ ਪੀਐਸਟੀਸੀਐਲ ਦੇ ਇਗਜ਼ਾਮ ਲਈ ਬਹੁਤ ਹੀ ਇੰਪੋਰਟੈਂਟ ਨਹੀਂ ਪੀਐਸਟੀਸੀਐਲ ਦੇ ਇਗਜ਼ਾਮ ਵਿੱਚ 20 ਕੁਐਸਚਨ ਨੇ ਜੋ ਹੀ ਉਹ ਜੀਕੇ ਦੇ ਪੁੱਛੇ ਜਾਣਗੇ ਜੀ ਠੀਕ ਹੈ ਜੀ ਉਸੇ ਨਾਲ ਸੰਬੰਧਿਤ ਹੀ ਅਸੀਂ ਇਹ ਸੀਰੀਜ਼ ਸ਼ੁਰੂ ਕੀਤੀ ਹੈ ਜੀਕੇ ਦੀ ਸੋਮੀ ਤੇ ਤੁਹਾਨੂੰ ਜ਼ਰੂਰ ਪਸੰਦ ਆਏ ਹੋਵੇਗੀ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ